वाहिगुरु जी का खालसा, वाहिगुरु जी की फतेह। बानी डॉट नेट चैनल नू सबसक्राइब करो अते हेठा दिते बैल आइकन नू क्लिक करो। वीडियो पसंद आए ते शेयर करना ना भुल्यो जी। अमृत प्रवाह सार अतुल भंडार पर पर हित पर अपर अपार पर अपन पावन कर मंत्र न दूसरो धर उपत परलो एक निमुख तो कर आन नाही समसर उजियारो निर्मर कोट परासत जाहे नाम लिए हर हर जन नानक भगत दर तुल ब्रह्म समसर जन नानक भगत दर तुल ब्रह्म समसर एक जी क्या बखान हां के बल 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 सद बलिहार गुरवड भागी पाया ऐसा गुरवड भागी पाया गुरवड भागी वाह वाह। भूले मार्ग जिन्ने बताया भूले मार्ग जिन्ने बताया ऐसा गुरवड भागी पाया ऐसा गुरवड भागी पाया ऐसे गुरु को बल बल जाइए ऐसे गुरु को बल बल जाइए आप मुकत मोहे तारे आप मुकत मोहे तारे आप कल तारण गुरु नानक आया कल तारण गुरु नानक आया कलयुग बाबे तारिया कलयुग बाबे तारिया कलयुग बाबे तारिया कलयुग बाबे तारिया कलयुग सतनाम पढ़ मंत्र सुनाया सतनाम पढ़ मंत्र सुनाया जुगो जुग अटल साहिब सतगुरु गुरु ग्रंथ साहिब महाराज जी दे ज्ञान प्रकाश अंदर गुरु चरणा च सुशोभित गुरु जी दी साजी नवाजी साध संगत जी आप जी नूं पली पांत ज्ञात है कि यह पावन समागम दिल्ली सिख गुरुद्वारा प्रबंधक कमेटी वालों जगत गुरु गुरु नानक देव महाराज जी दे 550 साल जो इस साल विच आ रहे ने उस लड़ी नू समर्पित ने और रोहिणी दियां दानियां संगतां वालों सियाणियां संगतां वालों और आप संगतां वालों चुने हुए इत्थे दे मैंबर साहिबान सरदार सरबजीत सिंह जी विरक सरदार विक्रम सिंह जी अते मान योग सन्मान योग भाई चमन सिंह जी शाहपुरे वाले और समूह सिंह सभावां जथेबंदियां वालों ये प्रोग्राम करवाए जा रहे हैं। भाई गुरदास साहब बाबे नानक जी की आमद का कारण लिखते हैं
ਕਿ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ। ਫਿਰ ਭਾਈ ਸਾਹਿਬ ਸ਼ਬਦ ਰਿਪੀਟ ਕਰਦੇ ਨੇ ਕਿ ਕੱਲ ਤਾਰਨ ਗੁਰੂ ਨਾਨਕ ਕੱਲ ਨੂੰ ਇਸ ਕਲਯੁਗੀ ਸੁਭਾਅ ਵਾਲੇ ਲੋਕਾਂ ਨੂੰ ਤਾਰਨ ਲਈ ਬਾਬਾ ਜੀ ਦਾ ਆਗਮਨ ਹੋਇਆ। ਇੱਕ ਦਿਨ ਬਾਬਾ ਨਾਨਕ ਸਾਹਿਬ ਜੀ ਮਰਦਾਨੇ ਨੂੰ ਕੋਲ ਬੁਲਾਉਂਦੇ ਨੇ ਅਤੇ ਕਹਿਣ ਲੱਗੇ, ਮਰਦਾਨਾ ਅਸੀਂ ਜਗਤ ਨੂੰ ਤਾਰਨ ਜਾਣਾ, ਅਸੀਂ ਜਗਤ ਨੂੰ ਜਗਾਉਣ ਜਾਣਾ, ਅਸੀਂ ਜਗਤ ਨੂੰ ਸੁਚੇਤ ਕਰਨ ਜਾਣਾ। ਮੇਰਾ ਮਨੋਰਥ ਮਰਦਾਨਾ ਇਸ ਜਗਤ ਨੂੰ ਤਾਰਨ ਦਾ ਹੈ, ਕਰਤਾ ਪੁਰਖ ਵੱਲੋਂ ਨਿਰਧਾਰਤ ਕੀਤਾ। ਅਤੇ ਹੁਣ ਮਰਦਾਨਾ ਬਾਬੇ ਨਾਨਕ ਸਾਹਿਬ ਜੀ ਦਾ ਅਨੰਨ ਪ੍ਰੇਮੀ ਚਰਨ ਪੁਜਾਰੀ ਆ। ਮੈਂ ਇੱਕ ਬੇਨਤੀ ਕਰਦਿਆਂ, ਦੋ ਮਹਾਂਪੁਰਖ ਨੇ, ਇੱਕ ਮਰਦਾਨਾ ਅਤੇ ਇੱਕ ਮਰਦਾਨੇ ਦੀ ਤਾਈ ਦੀ ਤਾਏ ਦੀ ਬੇਟੀ, ਉਹ ਹੈ ਬੀਬੀ ਦੌਲਤਾਂ। ਸਤਿਗੁਰੂ ਗੁਰੂ ਨਾਨਕ ਬਾਬਾ ਜੀ ਦਾ ਸਭ ਤੋਂ ਪਹਿਲਾਂ ਦੀਦਾਰ ਕੀਤਾ ਅਤੇ ਉਹ ਇੱਕ ਮੁਸਲਮਾਨ ਔਰਤ ਦੌਲਤਾਂ ਸਭ ਤੋਂ ਪਹਿਲਾਂ। ਔਰ ਇਹ ਕਹਿਣਾ ਕੋਈ ਅੱਤ ਕਥਨੀ ਕਿ ਸਭ ਤੋਂ ਪਹਿਲਾਂ ਜੇ ਕਾਇਆ ਕਲਪ ਹੋਈ ਤਾਂ ਬੀਬੀ ਦੌਲਤ। ਔਰ ਇਤਿਹਾਸਕਰਤਾ ਲਿਖਦੇ ਨੇ ਵੀ ਬੀਬੀ ਦੌਲਤਾਂ ਬਾਬੇ ਨਾਨਕ ਸਾਹਿਬ ਜੀ ਦੇ ਚਰਨ ਪੁਜਾਰੀ ਰਬਾਬੀ ਭਾਈ ਮਰਦਾਨੇ ਦੇ ਸਕੇ ਤਾਈ ਦੀ ਬੇਟੀ ਸੀ। ਮਰਦਾਨਾ ਜੀ ਦੇ ਤਾਏ ਜੀ ਦਾ ਨਾਂ ਸੀ ਇਕਬਾਲ। ਔਰ ਹਜ਼ੂਰ ਇਸ ਪਰਿਵਾਰ 'ਤੇ ਕਿੰਨੇ ਤਰੁੱਠੇ ਨੇ, ਅਸੀਂ ਇੱਕ ਬਾਬੇ ਨਾਨਕ ਸਾਹਿਬ ਦਾ ਉਪਦੇਸ਼ ਭੁੱਲ ਗਏ, ਵਿਸਾਰ ਦਿੱਤਾ। ਬਾਬੇ ਨਾਨਕ ਸਾਹਿਬ ਨੇ ਕਿਹਾ ਸੀ ਕਿ ਮੈਂ ਇਹ ਕਰਨ ਆਇਆ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਸਾਖੀ ਕਰਤਾ ਲਿਖਦੇ, ਇੱਕ ਦਿਨ ਬਾਬਾ ਨਾਨਕ ਸਾਹਿਬ ਜੀ ਦੌਲਤਾਂ ਦੇ ਗ੍ਰਹਿ ਗਏ, ਅਜੇ ਬਚਪਨ ਵਿੱਚ ਸਨ, ਅਤੇ ਉਹ ਦਿਨ ਈਦ ਸੀ। ਸਤਿਗੁਰ ਜਾ ਕੇ ਕਹਿਣ ਲੱਗੇ, ਮਾਂ ਅੱਜ ਈਦ ਹੈ, ਕੀ ਬਣਾਇਆ? ਕਹਿਣ ਲੱਗੀ, ਨਾਨਕਾ ਬਣਾਈ ਤੇ ਮੈਂ ਖੀਰ ਹੈ, ਪਰ ਮੈਂ ਤੈਨੂੰ ਦੇਣੀ ਕੋਈ ਨਹੀਂ। ਕਹਿਣ ਲੱਗੇ, ਮਾਂ ਮੈਨੂੰ ਭੁੱਖ ਲੱਗੀ। ਜਗਤ ਗੁਰੂ ਦਾ ਏਮ ਕੀ ਸੀ? ਕਿਹਨਾਂ ਨੂੰ ਹਜ਼ੂਰ ਨੇ ਗਲਵੱਕੜੀ ਵਿੱਚ ਲਿਆ, ਜਿਹਨਾਂ ਨੂੰ ਅੱਜ ਵੀ ਲੈਣ ਦੀ ਲੋੜ? ਸਤਿਗੁਰੂ ਕਹਿਣ ਲੱਗੇ, ਕੀ ਗੱਲ, ਤੂੰ ਨਾਨਕ ਜੀ ਨੂੰ ਖੀਰ ਕਿਉਂ ਨਹੀਂ ਖਵਾਏਗਾ? ਕਹਿਣ ਲੱਗੀ, ਹਜ਼ੂਰ ਮੈਂ ਠਹਿਰੀ ਹਾਂ ਮਰਾਸਣ, ਇਹ ਖੀਰ ਮੇਰੇ ਹੱਥਾਂ ਦੀ ਬਣੀ ਆ, ਤੂੰ ਖੱਤਰੀਆਂ ਦਾ ਪੁੱਤ ਵਾਂ, ਅਗਰ ਤੂੰ ਮੇਰੇ ਹੱਥਾਂ ਦੀ ਖੀਰ ਖਾ ਲਈ ਤੇ ਉੱਚ ਜਾਤੀ ਦੇ ਲੋਕਾਂ ਨੇ ਜੀਣ ਨਹੀਂ ਦੇਣਾ, ਇਸ ਖੀਰ ਨੂੰ ਮੇਰੇ ਹੱਥ ਲੱਗ। ਅੱਜ ਵੀ ਛੂਤਛਾਤ ਚੱਲ ਰਿਹਾ, ਰੂਪ ਬਦਲ ਗਿਆ। ਬਾਬਾ ਨਾਨਕ ਸਾਹਿਬ ਕਹਿਣ ਲੱਗੇ, ਇਸ ਖੀਰ ਨੂੰ ਤੇਰੇ ਹੱਥ ਲੱਗੇ ਨੇ, ਇਸ ਲਈ ਇਹ ਮੇਰੇ ਖਾਣ ਦੇ ਯੋਗ ਨਹੀਂ। ਤੇ ਮਾਂ, ਜਦੋਂ ਮੇਰਾ ਜਨਮ ਹੋਇਆ ਸੀ ਉਦੋਂ ਤੇਰੇ ਹੱਥ ਮੈਨੂੰ ਨਹੀਂ ਲੱਗੇ? ਮਾਂ, ਜਦੋਂ ਜਨਮ ਹੋਇਆ ਸੀ ਤੂੰ ਆਪਣੇ ਹੱਥੀ ਮੈਨੂੰ ਇਸ਼ਨਾਨ ਨਹੀਂ ਕਰਾਇਆ? ਮਾਂ, ਮੈਂ ਤੇ ਲੋਕਾਂ ਨੂੰ ਸਮਝਾਉਣ ਆਇਆ, ਸਭਨਾ ਜੀਆਂ ਕਾ ਇੱਕ ਦਾਤਾ, ਸਾਰੀ ਖਲਕਤ ਦਾ ਪਰਮਾਤਮਾ ਇੱਕ ਹੈ, ਕੈਸੀ ਬਖਸ਼ਿਸ਼ ਹੈ ਕਿ ਇਸ ਪਰਿਵਾਰ ਦੇ ਦੂਸਰੇ ਮੈਂਬਰ ਨੇ ਭਾਈ ਮਰਦਾਨਾ, ਜੋ ਸਰਕਾਰ ਦੇ ਨਾਲ 50 ਸਾਲ ਰਹੇ। ਔਰ ਯਾਦ ਰੱਖਣਾ, 19 ਰਾਗਾਂ ਵਿੱਚ ਬਾਬਾ ਨਾਨਕ ਸਾਹਿਬ ਜੀ ਬਾਣੀ ਗਾਇਨ ਕਰਕੇ ਗਏ, ਔਰ 19 ਰਾਗਾਂ ਦੀ ਸਮੁੱਚੀ ਬਾਣੀ ਹਜ਼ੂਰ ਨੇ, ਜਿਸ ਨੂੰ ਲੋਕ ਨੀਵੀਂ ਜਾਤ ਦਾ ਆਖਦੇ ਸਨ, ਆਪਣੇ ਗਿਰਦ ਬਿਠਾ ਕੇ ਉਹਦੀ ਰਬਾਬ ਦੇ ਵਿੱਚੋਂ ਦੀ ਕੱਢ ਕੇ ਦਿੱਤੀ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ
ਅਸੀਂ ਜਗਤ ਨੂੰ ਤਾਰਨ ਜਾਣਾ ਵਾ। ਜਗਤ ਡੁੱਬ ਰਿਹਾ ਤੇ ਪਰਾਈ ਮਰਦਾਨੇ ਦਾ ਸਵਾਲ ਸੀ, ਬਾਬਾ ਮੈਨੂੰ ਕਿਰਪਾ ਕਰਕੇ ਦੱਸ ਕਿ ਜਗਤ ਡੁੱਬਦਾ ਕਿਉਂ, ਇਹਦੇ ਡੁੱਬਣ ਦਾ ਕੀ ਕਾਰਨ ਹੈ। ਬਾਬਾ ਆਪ ਜੀ ਦੀ ਬੜੀ ਭਲੀ ਸੋਚ ਹੈ ਕਿ ਡੁੱਬਦੇ ਦਾ ਸਹਾਰਾ ਬਣਨਾ ਚਾਹੀਦਾ, ਪਰ ਮੈਂ ਚੱਲਣ ਤੋਂ ਪਹਿਲਾਂ ਬਾਬਾ ਤੁਹਾਡੇ ਤੇ ਸਵਾਲ ਕਰਦਾ ਵਾਂ ਕਿ ਜਗਤ ਡੁੱਬਦਾ ਕਿਉਂ। ਜਿਹੜੀ ਧਿਆਨ ਦੇਣਾ, ਬੜੇ ਧਾਰਮਿਕ ਆਗੂ ਵੀ ਇੱਥੇ ਬੈਠੇ ਨੇ। ਸ਼੍ਰੀ ਗੁਰੂ ਨਾਨਕ ਬਾਬਾ ਜੀ ਕਹਿਣ ਲੱਗੇ, ਮਰਦਾਨਿਆ ਰਬਾਬ ਛੇੜ। ਹਜ਼ੂਰ ਦੇ ਰਬਾਬੀ ਨੇ, ਨਿਤਨੇਮੀ ਰਬਾਬੀ ਜੀ ਨੇ ਰਬਾਬ ਛੇੜੀ ਤੇ ਧਨਾਸਰੀ ਰਾਗ ਅੰਦਰ ਗੁਰਦੇਵ ਨੇ ਇੱਕ ਸ਼ਬਦ ਗਾਇਨ ਕੀਤਾ, ਕਾਲ ਨਾਹੀਂ ਯੋਗ ਨਾਹੀਂ ਨਾਹੀਂ ਸਤ ਕਾ ਢੱਬ, ਮਰਦਾਨਿਆ ਥਾ ਨਿਸ਼ਠ ਜਗ ਪ੍ਰਿਸ਼ਟ ਹੋਇਆ। ਮਰਦਾਨਿਆ ਜਦੋਂ ਧਰਮ ਦੇ ਸਥਾਨ ਪ੍ਰਸ਼ਟ ਹੋ ਜਾਣ, ਧਰਮ ਸਥਾਨਾਂ ਤੇ ਰਹਿਣ ਵਾਲੇ ਲੋਕ ਪ੍ਰਸ਼ਟ ਹੋ ਜਾਣ, ਥਾਨਿਸ਼ਟ ਜਗ ਪ੍ਰਿਸ਼ਟ ਹੋਇਆ, ਡੁੱਬਤਾ ਇਵ ਜਗ ਜਗਤ ਡੁੱਬਦਾ ਜਦੋਂ ਧਾਰਮਿਕ ਲੋਕ ਪ੍ਰਸ਼ਟ ਹੋ ਜਾਣ। ਔਰ ਕਦੀ ਖਿਆਲ ਕਰਿਆ ਜੇ ਬਾਬਾ ਨਾਨਕ ਸਾਹਿਬ ਆਪਣੀ ਬਾਣੀ ਅੰਦਰ ਇਹਨਾਂ ਸਾਰੇ ਧਾਰਮਿਕ ਲੋਕਾਂ ਦੇ ਅੰਦਰ ਦੇ ਜੀਵਨ ਨੂੰ ਤੇ ਬਾਹਰ ਦੇ ਦਿਖਾਵੇ ਨੂੰ ਆਪਣੇ ਕਲਾਮ ਅੰਦਰ ਕਈ ਜਗ੍ਹਾ ਤੇ ਪ੍ਰਗਟ ਕਰਦੇ ਨੇ। ਸ਼੍ਰੀ ਗੁਰੂ ਨਾਨਕ ਪਿਤਾ ਜੀ ਦਾ ਇੱਕ ਬਚਨ ਹੈ, ਕਹਿਣ ਲੱਗੇ ਮੈਂ ਦੇਖਦਾ ਧਰਮ ਦੇ ਲੋਕ ਧਰਮ ਦੀ ਦੁਨੀਆ ਵਿੱਚ ਵਿਚਰਨ ਵਾਲੇ ਨੇ, ਇਹਨਾਂ ਦੇ ਅੰਦਰ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ। ਧੰਨ ਗੁਰੂ ਨਾਨਕ ਪਿਤਾ ਦਾ ਆਸਾ ਰਾਗ ਵਿੱਚ ਬਚਨ ਹੈ, ਮਾਨਸ ਖਾਣਾ ਕਰੈ ਨਿਵਾਜ। ਹੈਰਾਨੀ ਦੀ ਗੱਲ ਹੈ ਕਿ ਮਨੁੱਖਤਾ ਦਾ ਖੂਨ ਪੀਣ ਵਾਲੇ ਨਵਾਜਾਂ ਅਦਾ ਕਰ, ਮਨੁੱਖਤਾ ਨੂੰ ਖਾ ਜਾਣ ਵਾਲੇ ਨਵਾਜਾਂ ਅਦਾ ਕਰ, ਛੁਰੀ ਵਗਾਇਨ ਜਿਹੜੇ ਹੱਥ ਵਿੱਚ ਛੁਰੀਆਂ ਲੈ ਕੇ ਤੁਰੇ ਫਿਰਦੇ ਨੇ, ਤਿੰਨ ਗੱਲ ਤਾਗ ਉਹਨਾਂ ਦੀਆਂ ਗਲਾਂ ਵਿੱਚ ਧਾਗੇ ਨੇ, ਜਨੇਊ ਪਾਏ ਹੋਏ ਨੇ, ਗਲਾਂ ਵਿੱਚ ਜਨੇਊ ਨੇ, ਹੱਥ ਵਿੱਚ ਛੁਰੀ ਹੈ। ਤੇ ਬਾਬਾ ਜੀ ਕਹਿਣ ਲੱਗੇ, ਮਾਨਸ ਖਾਣਾ ਕਰੈ ਨਿਵਾਜ, ਛੁਰੀ ਵਗਾਇਨ ਤਿੰਨ ਗੱਲ ਤਾਗ, ਤਿੰਨ ਘਰ ਬ੍ਰਾਹਮਣ ਪੂਰੇ ਨਾਦ। ਇਹ ਜਿਹੜੇ ਖੱਤਰੀ ਲੋਕ ਨੇ ਜਿਹੜੇ ਹੱਥ ਵਿੱਚ ਛੁਰੀ ਲੈ ਕੇ ਲੋਕਾਂ ਨੂੰ ਕਤਲ ਕਰ ਰਹੇ, ਮਾਨਵਤਾ ਨੂੰ ਲਹੂ ਲੁਹਾਨ ਕਰ ਰਹੇ, ਬਾਬੇ ਨਾਨਕ ਸਾਹਿਬ ਵਰਗਾ ਸ਼ੇਰ ਮਰਦ ਕੋਈ ਨਹੀਂ ਹੋ ਸਕਦਾ। ਉਹਨਾਂ ਨੇ ਮਾਨਸ ਖਾਣਿਆਂ ਨੂੰ ਨਿਵਾਜ ਕਰਦਿਆਂ ਦੇਖਿਆ ਤੇ ਲਲਕਾਰ ਕੇ ਕਿਹਾ, ਤੇ ਜੇ ਬਾਬੇ ਨੇ ਪਾਪ ਕਰਨ ਵਾਲੇ ਰਾਜਿਆਂ ਨੂੰ ਵੇਖਿਆ ਤੇ ਸਾਹਿਬ ਕਹਿਣ ਲੱਗੇ, ਰਾਜੇ ਸ਼ੀਂ ਮੁਕੱਦਮ ਕੁੱਤੇ, ਇਹ ਰਾਜੇ ਸ਼ੇਰ ਬਣ ਚੁੱਕੇ, ਇਹਨਾਂ ਦੇ ਵਜ਼ੀਰ ਕੁੱਤੇ ਬਣ ਚੁੱਕੇ। ਪਹਿਲਾਂ ਰਾਜਾ ਪ੍ਰਜਾ ਨੂੰ ਖਾਂਦਾ ਤੇ ਜਿਹੜੀ ਪ੍ਰਜਾ ਰਾਜੇ ਕੋ ਬਚ ਜਾਂਦੀ ਹੈ, ਬਾਬਾ ਜੀ ਕਹਿਣ ਲੱਗੇ ਉਹਨੂੰ ਉਹਨਾਂ ਦੇ ਵਜ਼ੀਰ ਖਾ ਜਾਂਦੇ। ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ, ਪਿੱਤ ਦਾ ਅਰਥ ਹੁੰਦਾ ਪਿੱਤਾ। ਬਾਬਾ ਜੀ ਕਹਿਣ ਲੱਗੇ ਇਹ ਰਾਜਿਆਂ ਦੇ ਵਜ਼ੀਰ ਮਨੁੱਖਤਾ ਦਾ ਖੂਨ ਤੇ ਪੀਂਦੇ, ਪਿੱਤੇ ਤੱਕ ਨਹੀਂ ਛੱਡਦੇ, ਭਾਵ ਜਨਤਾ ਨੂੰ ਲੁੱਟ ਰਹੇ। ਔਰ ਮੈਂ ਹੈਰਾਨ ਹਾਂ ਵੀ ਇੰਨੀ ਬੇਬਾਕੀ ਦੇ ਨਾਲ ਬਾਬੇ ਨਾਨਕ ਸਾਹਿਬ ਨੇ ਜਗਤ ਦੀਆਂ ਕੁਰੀਤੀਆਂ ਨੂੰ ਸਾਹਮਣੇ ਰੱਖਿਆ ਕਿ ਮਾਨਸ ਖਾਣਾ ਕਰੈ ਨਿਵਾਜ, ਛੁਰੀ ਵਗਾਇਨ ਤਿੰਨ ਗੱਲ ਤਾਗ, ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪੀ ਆਵੇ ਓਈ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ। ਸ਼ਰਮ ਧਰਮ ਤੇ ਮਨ ਨੂੰ ਖੰਭ ਲਾ ਕੇ ਉੱਠ ਗਏ। ਔਰ ਜਿਹੜੀ ਧਿਆਨ ਰੱਖਣਾ, ਮੈਂ ਇੱਕ ਬੇਨਤੀ ਕਰ ਦਵਾਂ, ਅੱਜ ਅਸੀਂ 550 ਸਾਲਾਂ ਮਨਾਉਣ ਲਈ ਬੈਠੇ,
ਵਿਕਰਮ ਸਿੰਘ ਜੀ ਕਹਿ ਰਹੇ ਸੀ ਕਈ ਜਗ੍ਹਾ ਤੂਫਾਨ ਆਇਆ ਔਰ ਅਸੀਂ ਘਰੋਂ ਤੁਰੇ ਹਾਂ ਇਹ ਸੋਚ ਲੈ ਕੇ ਵੀ ਅੱਜ ਜਪਾਨੀ ਪਾਰਕ ਵਿਖੇ ਬਾਬੇ ਨਾਨਕ ਸਾਹਿਬ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 550 ਸਾਲਾ ਪੁਰਬ ਮਨਾਇਆ ਜਾ ਰਿਹਾ ਅਸੀਂ ਘਰੋਂ ਬਾਬੇ ਨਾਨਕ ਸਾਹਿਬ ਦਾ ਮੈਸੇਜ ਸੁਣ ਲਈ ਆਏ ਹਾਂ ਇਹ ਸੱਚ ਹੈ ਨਾ ਪਰ ਜਦੋਂ ਬਾਬਾ ਨਾਨਕ ਸਾਹਿਬ ਘਰੋਂ ਤੁਰੇ ਨੇ ਤੇ ਜਿੱਥੇ ਜਿੱਥੇ ਬਾਬਾ ਜੀ ਗਏ ਨੇ ਉਹ ਲੋਕ ਬਾਬੇ ਨੂੰ ਸੁਣ ਨਹੀਂ ਸੀ ਆਏ ਸੀ ਬਾਬਾ ਜੀ ਹਰਿਦੁਆਰ ਗਏ ਜਿਹੜੇ ਹਰਿਦੁਆਰ ਵਿਖੇ ਲੋਕ ਆਏ ਸਨ ਉਹ ਸੂਰਜ ਗ੍ਰਹਿਣ ਦੇ ਮੇਲੇ ਤੇ ਆਏ ਨੇ ਬਾਬੇ ਨੂੰ ਸੁਣ ਨਹੀਂ ਆਏ ਉਹਨਾਂ ਕੋਈ ਮੈਂਟਲੀ ਤਿਆਰੀ ਨਹੀਂ ਕੀਤੀ ਸੀ ਵੀ ਉੱਥੇ ਬਾਬੇ ਨਾਨਕ ਸਾਹਿਬ ਨੇ ਆਉਣਾ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਬਾਬਾ ਜੀ ਦੀ ਕਰਾਮਾਤ ਨਹੀਂ ਵੀ ਜਿਹੜੇ ਲੋਕ ਬਾਬਾ ਜੀ ਨੂੰ ਸੁਣਨ ਆਏ ਨੇ ਕੋਈ ਮੈਂਟਲੀ ਤਿਆਰੀ ਕਰਕੇ ਨਹੀਂ ਆਏ ਬਾਬੇ ਨਾਨਕ ਸਾਹਿਬ ਨੇ ਉਹਨਾਂ ਨੂੰ ਗੱਲ ਆਪਣੀ ਸੁਣਾ ਦਿੱਤੀ ਔਰ ਸੁਣਾਈ ਹੀ ਨਹੀਂ ਗੱਲ ਮਨਵਾ ਦਿੱਤੀ ਬਾਬਾ ਨਾਨਕ ਸਾਹਿਬ ਮਸਜਿਦ ਜਾਂਦੇ ਨੇ ਤੁਹਾਡਾ ਕੀ ਖਿਆਲ ਹੈ ਕਿ ਜਿਹੜੀ ਸੁਲਤਾਨਪੁਰ ਲੋਧੀ ਵਾਲੀ ਮਸਜਿਦ ਹੈ ਜਿੱਥੇ ਅੱਜ ਗੁਰਦੁਆਰਾ ਅੰਤਰਜਾਮਤਾ ਸਾਹਿਬ ਬਣਾ ਦਿੱਤਾ ਗਿਆ ਇਹ ਜਿਹੜੇ ਮਸਜਿਦ ਵਿੱਚ ਲੋਕ ਇਕੱਠੇ ਹੋਏ ਸੀ ਬਾਬੇ ਨੂੰ ਸੁਣਨ ਆਏ ਸੀ ਬਾਬੇ ਦੀ ਗੱਲ ਵੱਲ ਧਿਆਨ ਦੇਣ ਆਏ ਸੀ ਉਹ ਤੇ ਨਿਵਾਜ ਅਦਾ ਕਰਨ ਆਏ ਨੇ ਔਰ ਉਹ ਇਹ ਵੇਖਣ ਆਏ ਨੇ ਵੀ ਬਾਬਾ ਨਾਨਕ ਵੀ ਨਿਵਾਜ ਅਦਾ ਕਰਦਾ ਕਿ ਨਹੀਂ ਉਹ ਬਾਬੇ ਨਾਨਕ ਸਾਹਿਬ ਦੀ ਗੱਲ ਸੁਣ ਨਹੀਂ ਆਏ ਬਾਬਾ ਜੀ ਦੀ ਕਰਾਮਾਤ ਦੇਖੋ ਬਾਬਾ ਜੀ ਦੀ ਦੂਰ ਦ੍ਰਿਸ਼ਟੀ ਦੇਖੋ ਬਾਬਾ ਜੀ ਦੀ ਲੰਮੀ ਸੋਚ ਦੇਖੋ ਕਿ ਮਸਜਿਦ ਵਿੱਚ ਜੁੜੇ ਹੋਏ ਜਿਹੜੇ ਲੋਕ ਸਨ ਉਹਨਾਂ ਨੂੰ ਕੇਵਲ ਗੱਲ ਆਪਣੀ ਸੁਣਾਈ ਨਹੀਂ ਮਨਵਾ ਵੀ ਦਿੱਤੀ ਕਹਿਣ ਲੱਗੇ ਨਾਨਕ ਜੀ ਤੁਸੀਂ ਵਾਅਦਾ ਕੀਤਾ ਸੀ ਮੈਂ ਨਵਾਜ ਅਦਾ ਕਰਾਂਗਾ ਸਤਿਗੁਰੂ ਕਹਿਣ ਲੱਗੇ ਮੈਂ ਮੁਕਰਦਾ ਨਹੀਂ ਮੈਂ ਵਾਅਦਾ ਕੀਤਾ ਸੀ ਪਰ ਨਾਲ ਮੈਂ ਗੱਲ ਇੱਕ ਇਹ ਵੀ ਕਹੀ ਸੀ ਕਿ ਅਗਰ ਤੁਸੀਂ ਨਵਾਜ ਅਦਾ ਕਰੋਗੇ ਤੁਸੀਂ ਨਵਾਜ ਅਦਾ ਕੀਤੀ ਨਹੀਂ ਬਾਬਾ ਜੀ ਨੇ ਕੇਵਲ ਗੱਲ ਕਹੀ ਨਹੀਂ ਹੈ ਗੱਲ ਮਨਵਾ ਦਿੱਤੀ ਚਾਹੇ ਉਹ ਹਿੰਦੂ ਤੀਰਥਾਂ 'ਤੇ ਗਏ ਨੇ ਹਿੰਦੂ ਮੰਦਰਾਂ ਵਿੱਚ ਗਏ ਨੇ ਜਿਹੜੇ ਲੋਕ ਵੀ ਇਹਨਾਂ ਸਥਾਨਾਂ 'ਤੇ ਆਏ ਸਨ ਉਹ ਬਾਬਾ ਜੀ ਨੂੰ ਸੁਣਨ ਵਾਸਤੇ ਨਹੀਂ ਆਏ ਪਰ ਬਾਬਾ ਜੀ ਨੇ ਉਹਨਾਂ ਨੂੰ ਗੱਲ ਸੁਣਾ ਦਿੱਤੀ ਅਤੇ ਮਨਵਾ ਦਿੱਤੀ ਔਰ ਮੈਂ ਬੇਬਾਕ ਹੋ ਕੇ ਕਹਿ ਦੇਵਾਂ ਜਿੰਨਾ ਸੱਚ ਬਾਬੇ ਨੇ ਇਹਨਾਂ ਧਰਮ ਸਥਾਨਾਂ 'ਤੇ ਜਾ ਕੇ ਸੁਣਾਇਆ ਅਤੇ ਮਨਵਾ ਦਿੱਤਾ ਅੱਜ ਬਾਬੇ ਨਾਨਕ ਦਾ ਸੱਚ ਬਾਬੇ ਕਿਆਂ ਨੂੰ ਨਹੀਂ ਸੁਣਾਇਆ ਜਾ ਸਕਦਾ ਬਾਬਾ ਨਾਨਕ ਸਾਹਿਬ ਮੱਕੇ ਜਾਂਦੇ ਚਲੋ ਹਰਿਦੁਆਰ ਬਾਬਾ ਜੀ ਗਏ ਗੱਲ ਸਮਝ ਵਿੱਚ ਆਉਂਦੀ ਹੈ ਕਿ ਬਾਬੇ ਨਾਨਕ ਨੂੰ ਵੀ ਉਸ ਵਕਤ ਤੱਕ ਲੋਕ ਹਿੰਦੂ ਹੀ ਮੰਨਦੇ ਹੋਣਗੇ ਪਰ ਜਦ ਬਾਬਾ ਮੱਕੇ ਗਿਆ ਅਤੇ ਜਿਹੜੇ ਮੱਕੇ ਵਿੱਚ ਲੋਕ ਆਏ ਸਨ ਉਹ ਬਾਬੇ ਨੂੰ ਦੇਖਣ ਵਾਸਤੇ ਨਹੀਂ ਸੀ ਉਹ ਘਰੋਂ ਮੈਂਟਲੀ ਤਿਆਰੀ ਕਰਕੇ ਨਹੀਂ ਸਨ ਵੀ ਆਏ ਵੀ ਪੰਜਾਬ ਤੋਂ ਬਾਬੇ ਨੇ ਆਉਣਾ ਅਤੇ ਸਾਨੂੰ ਉਪਦੇਸ਼ ਸੁਣਾਉਣਾ ਪਰ ਬਾਬਾ ਜੀ ਦੇ ਉਪਦੇਸ਼ ਕਰਨ ਦਾ ਤਰੀਕਾ ਦੇਖੋ ਉਹਨਾਂ ਦੇ ਸਮਝਾਉਣ ਦਾ ਤਰੀਕਾ ਦੇਖੋ ਜਗਤ ਗੁਰੂ ਜੀ ਮੱਕੇ ਵੱਲ ਗਏ ਨੇ ਅਤੇ ਮੱਕੇ ਦੀ ਥਾਟ ਵੱਲ ਮਹਿਰਾਬ ਵੱਲ ਸਰਕਾਰ ਆਪਣੇ ਪਵਿੱਤਰ ਕਰਮ ਕਰਕੇ ਸੌਂ ਗਏ ਮੈਂ ਗੁਰੂ ਕੀ ਬਾਣੀ ਵਿੱਚ ਇੱਕ ਬਚਨ ਪੜ੍ਹਿਆ ਵੀ ਜਿੰਨੇ ਜਿੰਨੇ ਵੀ ਬਾਬੇ ਨਾਨਕ ਸਾਹਿਬ ਜੀ ਦੇ ਚਰਨ ਪਰਸ ਲੈਣਾ ਉਹ ਮੁਕਤ ਹੋ ਗਿਆ ਮੈਂ ਦੋ ਸਵਈਏ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਗੁਰੂ ਅਰਜਨ ਦੇਵ ਪਿਤਾ ਜੀ ਦੇ ਸੱਤ ਸੱਤ ਹਰ ਸੱਤ ਸਤੇ ਸਤ ਭਣੀਐ ਦੂਸਰ ਅਵਰਨ ਆਨ ਪੁਰਖ ਪੁਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹ ਰਸਨ ਚਾਖੇ ਉਹ ਤਿਹ ਜਨ ਤ੍ਰਿਪਤ ਅਗਾਏ ਜੇ ਠਾਕੁਰ ਸੋ ਪ੍ਰਸੰਨ ਭਇਓ ਸਤਸੰਗਤ ਤੇ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਹਰੀ ਸਰੂਪ ਗੁਰੂ ਨਾਨਕ ਬਾਬਾ ਜੀ ਨੂੰ ਜਿਹਨੇ ਪਰਸ ਲਿਆ ਜਿਹਨੇ ਬਾਬਾ ਜੀ ਦੀ ਕਦਮ ਬੋਸ਼ੀ ਕਰ ਲਈ ਤਿੰਨ ਸਭ ਕੁੱਲ ਕੀਓ ਉਧਾਰ ਅਤੇ ਗੁਰੂ ਅਰਜਨ ਦੇਵ ਪਿਤਾ ਅੱਗੇ ਸਮਝਾਉਂਦੇ ਨੇ ਸੱਚ ਸਭਾ ਦੀ ਬਾਨਸਾ ਸੱਚੇ ਪੈ ਧਰਿਓ
ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਅਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਾ ਪਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਏ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬੌੜ ਫਿਰ ਜੋਨ ਨਾ ਆਏ ਤੇ ਗੁਰੂ ਅਰਜਨ ਦੇ ਪਿਤਾ ਇੱਕ ਹੋਰ ਬਾਤ ਸਮਝਾਉਂਦੇ ਨੇ ਵੀ ਮੇਰੀ ਇੱਕ ਜ਼ੁਬਾਨ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ ਬਾਬੇ ਨਾਨਕ ਸਾਹਿਬ ਦੀ ਪੂਰੀ ਸਿਫਤ ਨਹੀਂ ਕਰ ਸਕਦੀ ਹਾਂ ਕਿ ਬਲ 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 ਸਦ ਬਲਹਾਰ ਇੱਕ ਜੀ ਕਿਆ ਬਖਾਨਾ ਬਾਬਾ ਜੀ ਇਹ ਜ਼ੁਬਾਨ ਮੇਰੀ ਇੱਕ ਤੁਹਾਡੇ ਕਿਹੜੇ ਕਿਹੜੇ ਗੁਣ ਬਿਆਨ ਕਰੇ ਤੁਹਾਡੀਆਂ ਕਿਹੜੀਆਂ ਕਿਹੜੀਆਂ ਸਿਫਤਾਂ ਕਰੇ ਔਰ ਜਿਹੜੇ ਜਿਹੜੇ ਵੀ ਬਾਬਾ ਜੀ ਦੀ ਕਦਮ ਬੋਸ਼ੀ ਵਿੱਚ ਆ ਗਏ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਸਤਿਗੁਰੂ ਮੱਕੇ ਜਾਂਦੇ ਨੇ ਕਦਮ ਮੱਕੇ ਦੀ ਠਾਟ ਵੱਲ ਕਰਕੇ ਲੰਮੇ ਪੈ ਜਾਂਦੇ ਨੇ ਉੱਥੇ ਦਾ ਮੌਲਵੀ ਆਉਂਦਾ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਉਹਦਾ ਨਾਂ ਲਿਖਿਆ ਜੀਵਨ ਸਰਕਾਰ ਨੇ ਆਪਣੇ ਸਿਰ 'ਤੇ ਚਾਦਰ ਓੜੀ ਹੋਈ ਸੀ ਅਤੇ ਜੀਵਨ ਕਾਜੀ ਆ ਕੇ ਬਾਬੇ ਨਾਨਕ ਸਾਹਿਬ ਨੂੰ ਆਖਦਾ ਕਿਹੜਾ ਸੁੱਤਾ ਕੁਫਰ ਕੁਫਾਰੀ ਮੈਂ ਹੈਰਾਨ ਹਾਂ ਪਟਵਾਰੀ ਦੇ ਪੁੱਤ ਨੇ ਘਰ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਤੁਸੀਂ ਕਲਪਨਾ ਕਰਕੇ ਦੇਖੋ ਜਿਨ੍ਹਾਂ ਨੂੰ ਪਿਤਾ 20 ਰੁਪਈਏ ਦੇ ਕੇ ਉਸ ਵਕਤ ਸੱਚੇ ਸੌਦੇ ਲਈ ਤੋਰ ਸਕਦਾ ਉਹਨਾਂ ਨੂੰ ਘਰ ਵਿੱਚ ਮਾਇਕੀ ਕੋਈ ਕਮੀ ਹੋਏਗੀ ਹੀਰਿਆਂ ਵਰਗੇ ਦੋ ਪੁੱਤ ਆਗਿਆਕਾਰੀ ਸੁਪਤਨੀ ਬਜ਼ੁਰਗ ਮਾਂ ਬਜ਼ੁਰਗ ਪਿਤਾ ਸਭ ਨੂੰ ਛੱਡ ਕੇ ਬਾਬਾ ਜੀ ਤੁਰ ਪਏ ਮੈਨੂੰ ਖਿਮਾ ਕਰਿਓ ਅੱਜ ਸਾਡੇ ਵਰਗੇ ਆਉਂਦੇ ਹਨ ਅਤੇ ਕਮਰਸ਼ੀਅਲ ਸੋਚ ਨਾਲ ਆਉਂਦੇ ਹਨ ਬਾਬਾ ਜਗਤ ਵੱਲ ਤੁਰਿਆ ਅਤੇ ਮਾਇਆ ਕਮਾਉਣ ਦੀ ਸੋਚ ਨਾਲ ਨਹੀਂ ਔਰ ਕਿੰਨਾ ਬਾਬੇ ਦਾ ਅਪਮਾਨ ਹੁੰਦਾ ਭਾਈ ਗੁਰਦਾਸ ਸਾਹਿਬ ਬਚਨ ਕਰਦੇ ਨੇ ਕਿਹੜਾ ਸੁੱਤਾ ਕੁਫਰ ਕੁਫਾਰੀ ਅਤੇ ਫਿਰ ਜੀਵਨ ਨੇ ਟੰਗੋਂ ਪਕੜ ਘਸੀਟਿਆ ਕਦੀ ਖਿਆਲ ਕਰਿਓ ਵੀ ਬਾਬੇ ਨੂੰ ਘਸੀਟਿਆ ਵੀ ਜਾਂਦਾ ਰਿਹਾ ਅੱਜ ਕੋਈ ਸਾਡਾ ਜਿਹਾ ਨਿੱਕਾ ਜਿਹਾ ਅਪਮਾਨ ਕਰਦੇ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ ਉਹ ਬਾਬਾ ਨਾਨਕ ਜਿਹਨੂੰ ਗੁਰੂ ਅਰਜਨ ਦੇ ਪਿਤਾ ਆਖਦੇ ਨੇ ਤੁਸੀਂ ਨਿਰੰਕਾਰ ਹੋ ਰੱਬ ਜੀਵਨ ਮਾਰੀ ਲੱਤ ਦੀ ਪਹਿਲਾਂ ਜੀਵਨ ਨੇ ਲੱਤ ਕੱਢ ਮਾਰੀ ਬਾਬਾ ਜੀ ਨੂੰ ਪੈਰ ਕੱਢ ਮਾਰਿਆ ਹਜ਼ੂਰ ਨੇ ਆਪਣੇ ਮੁਖਾਰ ਬਿੰਦ ਤੋਂ ਕੱਪੜਾ ਉਤਾਰਿਆ ਅਤੇ ਕਹਿਣ ਲੱਗੇ ਜੀਵਨ ਜੀ ਕਾਜੀ ਜੀ ਕੀ ਗੱਲ ਹੈ ਇਹ ਲੱਤ ਕਿਉਂ ਮਾਰੀ ਕਹਿਣ ਲੱਗਾ ਤੈਨੂੰ ਪਤਾ ਨਹੀਂ ਖੁਦਾ ਦੇ ਘਰ ਵੱਲ ਟੰਗਾਂ ਕਰਕੇ ਲੰਮਾ ਪਿਆ ਇਹ ਰੱਬ ਦਾ ਘਰ ਹੈ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਅਤੇ ਟੰਗੋਂ ਪਕੜ ਘਸੀਟਿਆ ਹੁਣ ਜਿਹੜੀ ਘਸੀਟਣ ਸ਼ਬਦ 'ਤੇ ਕੇਂਦਰਿਤ ਹੋਵੋ ਵੀ ਬਾਬੇ ਨਾਨਕ ਸਾਹਿਬ ਦਾ ਇੰਨਾ ਅਪਮਾਨ ਕਿ ਟੰਗ ਤੋਂ ਪਕੜ ਕੇ ਬਾਬਾ ਜੀ ਨੂੰ ਘਸੀਟਿਆ ਗਿਆ ਅਰੇ ਸਾਡੇ ਵਰਗੇ ਬੰਦੇ ਨੂੰ ਕੋਈ ਗਾਲਾਂ ਕੱਢ ਦੇ ਅਪਮਾਨ ਕਰ ਲਏ ਬਰਦਾਸ਼ਤ ਕਰਨ ਲਈ ਗੱਲ ਦੂਸਰੀ ਆ ਪਰ ਬਾਬੇ ਨਾਨਕ ਸਾਹਿਬ ਵਰਗੇ ਨੂੰ ਸ਼੍ਰੀ ਗੁਰੂ ਨਾਨਕ ਪਿਤਾ ਕਹਿਣ ਲੱਗੇ ਜੀਵਨ ਜੀ ਇਹ ਧਰਮ ਸਥਾਨ ਹੈ ਔਰ ਤੁਹਾਡਾ ਸਭ ਤੋਂ ਪਾਕ ਧਰਮ ਸਥਾਨ ਅਗਰ ਇੱਥੇ ਵੀ ਆਇਆਂ ਦਾ ਅਪਮਾਨ ਹੀ ਹੋਣਾ ਤਾਂ ਸਨਮਾਨ ਕਿੱਥੇ ਹੋਏਗਾ ਮੇਰੇ ਇਸ ਠੀਕਰੇ ਦਾ ਕੀ ਹੈ ਇੱਕ ਨਹੀਂ ਭਾਵੇਂ ਚਾਰ ਲੱਤਾਂ ਮਾਰ ਲਾ ਪਰ ਧਰਮ ਸਥਾਨ 'ਤੇ ਆਇਆਂ ਨੂੰ ਤਾਂ ਸਨਮਾਨ ਮਿਲਣਾ ਚਾਹੀਦਾ ਜੀਵਨ ਕੋਈ ਸਮੱਸਿਆ ਐਸੀ ਹੈ ਜਿਹੜੀ ਘਸੀਟ ਕੇ ਹੱਲ ਹੁੰਦੀ ਹੈ ਕੋਈ ਸਮੱਸਿਆ ਐਸੀ ਹੈ ਜੋ ਕਿਸੇ ਦਾ ਅਪਮਾਨ ਕਰਕੇ ਹੱਲ ਹੁੰਦੀ ਹੈ ਮੈਂ ਹੈਰਾਨ ਹੁੰਦਾ ਕਿ ਜਦ ਬਾਬਾ ਨਾਨਕ ਸਾਹਿਬ ਜੀ ਇੱਥੋਂ ਤੁਰਨ ਲੱਗੇ ਨੇ ਅਤੇ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਕਿ ਜਿਹੜੇ ਲੋਕ ਬਾਬੇ ਨੂੰ ਘਸੀਟਦੇ ਨੇ ਜਿਹੜੇ ਲੋਕ ਬਾਬੇ ਨੂੰ ਲੱਤਾਂ ਮਾਰਦੇ ਨੇ ਜਿਹੜੇ ਲੋਕ ਬਾਬੇ ਦਾ ਅਪਮਾਨ ਕਰਦੇ ਨੇ ਜਦ ਬਾਬਾ ਜੀ ਤੁਰਨ ਲੱਗਦੇ ਨੇ ਤਾਂ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਆਪ ਜੀ ਜਾ ਰਹੇ ਹੋ ਕਿਰਪਾ ਕਰਕੇ ਸਾਨੂੰ ਕੋਈ ਆਪਣੀ ਨਿਸ਼ਾਨੀ ਦੇ ਜਾਓ
ਤੇ ਭਾਈ ਗੁਰਦਾਸ ਸਾਹਿਬ ਦੇ ਬੱਚੇ ਨੇ ਧਰੀ ਨਿਸ਼ਾਨੀ ਕੌਂਸ ਦੀ ਕੀ ਇਹ ਬਾਬੇ ਦੀ ਕਰਾਮਾਤ ਨੇ ਵੀ ਜਿਹੜੇ ਬਾਬੇ ਨੂੰ ਸੁਣਨਾ ਹੀ ਨਹੀਂ ਸੀ ਸਨ ਚਾਹੁੰਦੇ ਬਾਬੇ ਨੇ ਉਹਨਾਂ ਨੂੰ ਵੀ ਗੱਲ ਸੁਣਾ ਦਿੱਤੀ ਮਨਵਾ ਦਿੱਤੀ ਜਿਹੜੇ ਬਾਬੇ ਨੂੰ ਦੇਖਣਾ ਪਸੰਦ ਸੀ ਨਹੀਂ ਸਨ ਕਰਦੇ ਉਹ ਬਾਬੇ ਦੇ ਕੋਲੋਂ ਖੜਾਵਾਂ ਮੰਗ ਕੇ ਅਤੇ ਆਪਣੇ ਕੋਲ ਨਿਸ਼ਾਨੀ ਰੱਖਦੇ ਇੱਕ ਤਾਂ ਬਾਬਾ ਜਦੋਂ ਵੀ ਬੋਲੇ ਨੇ ਕਦੀ ਕਿਸੇ ਨਾਲ ਬਾਬਾ ਕੌੜਾ ਨਹੀਂ ਇੱਕ ਜਗ੍ਹਾ 'ਤੇ ਵੀ ਕੌੜਾ ਨਹੀਂ ਦੂਸਰੀ ਗੱਲ ਧਰਮ ਦੀ ਦੁਨੀਆ ਅੰਦਰ ਸ਼ਰਧਾ ਦਾ ਬੜਾ ਵੱਡਾ ਸਥਾਨ ਹੈ ਸ਼ਰਧਾ ਚਾਹੀਦੀ ਹੈ ਪਰ ਕਿਸੇ ਬਲਾਇੰਡ 'ਤੇ ਸ਼ਰਧਾ ਨਹੀਂ ਚਾਹੀਦੀ ਅਤੇ ਬਲਾਇੰਡ ਸ਼ਰਧਾ ਨਹੀਂ ਚਾਹੀਦੀ ਅੱਜ ਸਾਨੂੰ ਬਹੁਤਾ ਸ਼ਰਧਾਲੂ ਬਣਾਇਆ ਜਾ ਰਿਹਾ ਜਿਹੜੀ ਸ਼ਰਧਾ ਤਰਕ ਵਿੱਚੋਂ ਨਿਕਲ ਕੇ ਬਣੇਗੀ ਨਾ ਤਰਕ ਵਿੱਚੋਂ ਉਹ ਸ਼ਰਧਾ ਨੂੰ ਕੋਈ ਬੁਲਾ ਨਹੀਂ ਸਕੇਗਾ ਬਾਬੇ ਨਾਨਕ ਸਾਹਿਬ ਨੇ ਜਿੱਥੇ ਵੀ ਗੱਲ ਕੀਤੀ ਤਰਕ ਨਾਲ ਕੀਤੀ ਮੈਂ ਨਿੱਕੀ ਜਿਹੀ ਗੱਲ ਕਹਿ ਕੇ ਖਿਮਾ ਮੰਗਾਂ ਹਜ਼ੂਰ ਨੇ 9 ਸਾਲ ਦੀ ਉਮਰ ਵਿੱਚ ਤਰਕ ਨਾਲ ਗੱਲ ਕੀਤੀ ਕਹਿਣ ਲੱਗੇ ਪੰਡਿਤ ਜੀ ਇਹ ਜਿਹੜਾ ਜਨੇਊ ਮੇਰੇ ਗੱਲ ਵਿੱਚ ਪਾਉਣ ਲੱਗੇ ਹੋ ਕਿਉਂ ਪਾਉਣ ਲੱਗੇ ਹੋ ਕਹਿਣ ਲੱਗੇ ਤੂੰ ਧਰਮ ਅੰਦਰ ਪ੍ਰਵੇਸ਼ ਕਰ ਜਾਏਗਾ ਅਤੇ ਬਾਬਾ ਜੀ ਕਹਿਣ ਲੱਗੇ ਉਹ ਸਾਹਮਣੇ ਮੇਰੀ ਭੈਣ ਬੈਠੀ ਆ 5 ਸਾਲ ਮੇਰੇ ਨਾਲੋਂ ਵੱਡੀ ਪੰਜ ਸਾਲ ਇਹਦੇ ਗੱਲ 'ਚ ਜਨੇਊ ਹੈ ਹੀ ਨਹੀਂ ਅਤੇ ਪੰਡਿਤ ਆਖਦਾ ਨਾਨਕ ਤੂੰ ਕੀ ਕਹਿ ਰਿਹਾ ਇਹ ਔਰਤ ਹੈ ਔਰਤ ਨੂੰ ਜਨੇਊ ਨਹੀਂ ਪਹਿਨਾਇਆ ਜਾ ਸਕਦਾ ਸਤਿਗੁਰੂ ਹੱਸ ਪਏ ਕਹਿਣ ਲੱਗੇ ਵਾਹ ਪੰਡਿਤ ਜੀ ਔਰਤ ਦੀ ਕੁੱਖ ਤੋਂ ਜਨਮ ਲੈਣ ਵਾਲਾ ਜਨੇਊ ਕਿਸੇ ਨੂੰ ਪਾ ਸਕਦਾ ਪਰ ਔਰਤ ਜਨੇਊ ਨਹੀਂ ਪਹਿਨ ਸਕਦੀ ਤੁਸੀਂ ਜਨਮ ਕਿੱਥੋਂ ਲਿਆ ਉਹ ਔਰਤ ਨਹੀਂ ਚੱਲ ਪੰਡਿਤ ਮੈਂ ਮੰਨ ਲੈਂਦਾ ਵੀ ਤੇਰੇ ਧਰਮ ਫਿਲੋਸਫੀ ਦੇ ਮੁਤਾਬਕ ਔਰਤ ਜਨੇਊ ਨਹੀਂ ਪਹਿਨ ਸਕਦੀ ਚੱਲ ਮੈਂ ਜਨੇਊ ਪਹਿਨ ਲੈਂਦਾ ਮੇਰੀ ਇੱਕ ਗੱਲ ਮੰਨ ਪੰਡਿਤ ਜੀ ਕਹਿਣ ਲੱਗੇ ਕੀ ਕਹਿਣ ਲੱਗਾ ਵੀ ਆਹ ਜਿਹੜਾ ਜਨੇਊ ਤੇਰੇ ਗੱਲ ਵਿੱਚ ਨਾ ਮੇਰੇ ਗੱਲ 'ਚ ਪਾ ਦੇ ਪੰਡਿਤ ਕਹਿਣ ਲੱਗਾ ਨਾਨਕ ਜੀ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਮੈਂ ਠਹਿਰਿਆ ਬ੍ਰਾਹਮਣ ਤੁਸੀਂ ਠਹਿਰੇ ਖੱਤਰੀ ਅਤੇ ਨਾਨਕ ਜੀ ਬ੍ਰਾਹਮਣ ਦਾ ਜਨੇਊ ਅਲੱਗ ਹੈ ਖੱਤਰੀ ਦਾ ਜਨੇਊ ਅਲੱਗ ਹੈ ਮੈਂ ਆਪਣੇ ਗੱਲ ਦਾ ਜਨੇਊ ਤੁਹਾਡੇ ਗੱਲ ਵਿੱਚ ਕਿਵੇਂ ਪਾ ਸਕਦਾ ਸਤਿਗੁਰੂ ਕਹਿਣ ਲੱਗੇ ਵਾਹ ਜਿਹੜਾ ਜਨੇਊ ਪਰਿਵਾਰ ਨੂੰ ਇਕੱਠਾ ਨਾ ਕਰ ਸਕੇ ਜਿਹੜਾ ਜਨੇਊ ਤੈਨੂੰ ਅਤੇ ਮੈਨੂੰ ਇਕੱਠਾ ਨਾ ਕਰ ਸਕੇ ਮੈਨੂੰ ਇਹ ਵੰਡੀਆਂ ਪਾਉਣ ਵਾਲਾ ਜਨੇਊ ਮਨਜ਼ੂਰ ਨਹੀਂ ਆ ਮੈਂ ਤੈਨੂੰ ਦੱਸਦਾ ਕਿਹੜਾ ਜਨੇਊ ਦਇਆ ਕਪਾਹ ਔਰ ਧਿਆਨ ਰੱਖਣਾ ਜਿਸ ਬੰਦੇ ਦੇ ਅੰਦਰ ਦਇਆ ਨਹੀਂ ਨਾ ਕਦੀ ਧਾਰਮਿਕ ਨਹੀਂ ਹੋ ਸਕੇਗਾ ਬਾਬੇ ਨੇ ਪਹਿਲੀ ਗੱਲ ਕਹੀ ਦਇਆ ਕਪਾਹ ਸੰਤੋਖ ਸੂਤ ਸੰਤੋਖ ਦਾ ਸੂਤਰ ਹੋਇਆ ਅਤੇ ਸਤਿਗੁਰੂ ਕਹਿਣ ਲੱਗੇ ਦਇਆ ਦਾ ਕਪਾਹ ਸੰਤੋਖ ਦਾ ਸੂਤਰ ਜਤ ਗੰਢੀ ਸੱਤ ਵੱਟ ਜਤ ਦੀਆਂ ਗੰਢਾਂ ਉੱਚੇ ਇਖਲਾਕ ਦਾ ਵੱਟ ਦਿੱਤਾ ਹੋਇਆ ਔਰ ਪੰਡਿਤ ਇਸ ਨੂੰ ਸਮੁੱਚੀ ਮਾਨਵਤਾ ਪਹਿਨ ਸਕਦੇ ਕਿ ਦਇਆ ਦੀ ਕਪਾਹ ਅਤੇ ਇਸ ਦਇਆ ਦੀ ਕਪਾਹ ਦਾ ਬਣਿਆ ਹੋਇਆ ਜਨੇਊ ਔਰਤ ਨਹੀਂ ਪਹਿਨ ਸਕਦੀ ਪੰਡਿਤ ਜੀ ਇਹ ਜਨੇਊ ਹੈ ਜੀ ਕਾ ਸਾਰਿਆਂ ਜੀਵਾਂ ਦਾ ਔਰ ਜਗਤ ਨੂੰ ਮੈਂ ਇੱਕ ਜਗ੍ਹਾ 'ਤੇ ਜੋੜਨ ਆਇਆ ਹਾਂ ਮੈਂ ਤੋੜਨ ਨਹੀਂ ਆਇਆ ਔਰ ਹੈਰਾਨੀ ਦੀ ਗੱਲ ਹੈ ਕਿ ਪਹਿਲੇ ਗੁਰਦੇਵ ਨੇ ਗੁਰੂ ਨਾਨਕ ਪਿਤਾ ਜਿਹੜੇ ਹਿੰਦੂ ਮੰਦਰਾਂ ਵਿੱਚ ਵੀ ਗਏ ਇਸਲਾਮਿਕ ਸਥਾਨਾਂ 'ਤੇ ਵੀ ਗਏ ਔਰ ਹਰ ਜਗ੍ਹਾ 'ਤੇ ਬਾਬੇ ਨਾਨਕ ਸਾਹਿਬ ਜੀ ਦੀ ਗੱਲ ਨੂੰ ਵਿਰੋਧੀਆਂ ਵੀ ਧਿਆਨ ਨਾਲ ਸੁਣਿਆ ਅਤੇ ਮੰਨਿਆ ਅੱਜ ਲੋੜ ਹੈ ਜਗਤ ਦੇ ਮਹਾਨ ਕਵੀ ਬਾਬਾ ਨਾਨਕ ਸਾਹਿਬ ਜੀ ਦੀ ਜੋ ਜੀਵਨ ਫਿਲੋਸਫੀ ਹੈ ਉਹਨਾਂ ਦੀ ਬਾਣੀ ਅੰਦਰ ਜੀਵਨ ਦਰਸ਼ਨ ਹੈ ਉਸ ਨੂੰ ਜ਼ਿੰਦਗੀ ਵਿੱਚ ਅਪਣਾਇਆ ਜਾਏ ਜਿਹਨੂੰ ਬਾਬੇ ਨਾਨਕ ਸਾਹਿਬ ਨੇ ਇਵੇਂ ਆਖਿਆ ਸੀ ਕਿ ਮੇਰਾ ਸ਼ਬਦ ਗੁਰੂ ਹੈ ਗੁਰਬਾਣੀ ਬਿਨਾਂ ਸੰਗਤ ਬਿਨਾਂ ਮੈਨੂੰ ਕਿਸੇ ਹੋਰ ਦਾ ਸਹਾਰਾ ਨਹੀਂ ਅੱਜ ਇੱਕ ਗੱਲ ਧਾਰਨ ਕਰਕੇ ਲੈ ਜਾਓ
ਜੇ ਬਾਬੇ ਨਾਨਕ ਸਾਹਿਬ ਜੀ ਦੇ ਇਹ ਬਚਨ ਨੇ ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ, ਤੇ ਸਾਨੂੰ ਵੀ ਸੰਗਤ ਤੇ ਗੁਰਬਾਣੀ ਬਿਨਾ ਕਿਸੇ ਦਾ ਸਹਾਰਾ ਨਾ ਹੋਵੇ। ਜਿਸ ਸਹਾਰੇ ਨੂੰ ਬਾਬੇ ਨਾਨਕ ਸਾਹਿਬ ਨੇ ਆਪਣਾ ਸਹਾਰਾ ਮੰਨਿਆ ਉਹ ਸਹਾਰਾ ਹੈ ਬਾਣੀ ਦਾ ਤੇ ਸੰਗਤ ਦਾ। ਇਸੇ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਬਣਾ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਸਦੀਵ ਕਾਲ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ। ਸਮੇਂ ਦੇ ਮੁਤਾਬਕ ਇੱਥੇ ਹੀ ਸਮਾਪਤੀ ਹੈ। ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਸੰਗਤਾਂ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ, ਪ੍ਰਧਾਨ ਸਾਹਿਬ, ਕਾਲਕਾ ਸਾਹਿਬ ਜੀ, ਸਿਰਸਾ ਸਾਹਿਬ ਜੀ, ਔਰ ਮੇਰੇ ਵੱਡੇ ਵੀਰ ਸਰਬਜੀਤ ਸਿੰਘ ਜੀ ਵਿਰਕ, ਭਾਈ ਵਿਕਰਮ ਸਿੰਘ ਜੀ, ਸਰਦਾਰ ਚਮਨ ਸਿੰਘ ਜੀ, ਜੋ ਸੰਗਤਾਂ ਦੇ ਦੀਦਾਰ ਕਰ ਰਹੇ ਨੇ। ਹੋਈਆਂ ਭੁੱਲਾਂ ਮੁਆਫ ਕਰਨੀਆਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।